ਵਾਹਿਗੁਰੂ ਤਨ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰ ਗੁਰ ਪ੍ਰਸਾਦਿ ਮੈਂ ਤਾਣ ਦੀ ਬਾਣ ਤੁਹੈ ਮੇਰੇ ਸਵਾਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਪੈ ਕਰੂੰ ਬੇਨੰਤੇ ਮੇਰਾ ਦੁੱਖ ਸੁਖ ਤੁਜੇ ਪਾਸ ਜਿਉਂ ਬੁਲਾਵੈ ਤਿਉ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਤਿਤ ਪਾਵਨ ਮਾਧੋ ਬਿਰਦ ਤੇਰਾ ਧਨ ਤੇਵੈ ਮਨ ਜਨ ਜਿਨ ਧਿਆਉ ਹਰ ਪ੍ਰਭ ਮੇਰਾ ਪਤਿਤ ਪਾਵਨ ਮਾਧੋ ਬਿਰਦ ਤੇਰਾ ਧਨ ਤੇਵੈ ਮਨ ਜਨ ਜਿਨ ਧਿਆਉ ਹਰ ਪਬ ਮੇਰਾ ਮੇਰੇ ਮੱਥੇ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ ਸੂਰ ਨਰ ਮੂਨ ਜਨ ਤਿਨ ਹੂ ਤੇ ਦੂਰ ਮੇਰੇ ਮੱਥੇ ਲਾਗੀ ਲੈ ਤੂਰ गोबिंद चरणन की सुर नर मुन जन तिनहु ते, ते दूर रहाऊ दीन का दयाल माधव गर्भ पर हारे चरण शरण नमा बल ते हारे ਦੀਨ ਕਾ ਦਇਾਲ ਮਾਦੋ ਗਰਭ ਪਰਹਾਰੀ ਚਰਨ ਸਰਨ ਨਾਮ ਬਲ ਤੇ ਹਾਰੇ ਪਰਮ ਸਨਮਾਨ ਯੋਗ ਇੱਕ ਬਾਣੀ ਚੈਨਲ ਰਾਹੀਂ ਇਸ ਮਾਧਿਅਮ ਦੁਆਰਾ ਆਪਣੇ ਆਪਣੇ ਘਰਾਂ ਵਿੱਚ ਬੈਠੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨੇ ਆਏ ਕੁਰਬਾਨੀ ਚੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਲਈ ਸਤਿਗੁਰਾਂ ਦੇ ਪਾਵਨ ਬਚਨਾਂ ਦੇ ਵਿਚਾਰ ਸਰਵਣ ਕਰਨ ਵਾਲੇ শ্রোਤਾ ਜਨੋ ਮੜ ਭਾਗੇ ਹੋ ਜਿਨ੍ਹਾਂ ਨੂੰ ਆਪਣੇ ਘਰਾਂ ਦੇ ਅੰਦਰ ਬੈਠ ਕੇ ਵੀ ਇਸ ਚੈਨਲ ਰਾਹੀਂ ਕੁਰਬਾਨੀ ਸਰਵਣ ਕਰਨ ਦਾ ਸੁਭਾਗਾ ਸਮਾਂ ਨਸੀਬ ਹੁੰਦਾ ਹੈ ਗੁਰੂ ਦੀ ਸੰਗਤ ਗੁਰੂ ਦੀ ਚਰਨ ਸ਼ਰਨ ਵਿੱਚ ਬੈਠ ਕਰਕੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਉਹੀ ਇਸ ਜੀਵਨ ਨੂੰ ਇਸ ਨਾਮੀ ਜੀਵਨ ਨੂੰ ਪ੍ਰਾਪਤ ਕਰਦਾ ਹੈ ਜਿਹੜਾ ਆਪਣੇ ਜੀਵਨ ਵਿੱਚ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਵਸਾਉਂਦਾ ਹੈ ਅੱਜ ਦਾ ਇਹ ਪਾਵਨ ਸ਼ਬਦ ਜਿਸ ਵਿੱਚ ਭਗਤ ਨਾਮਦੇਵ ਜੀ ਆਖਦੇ ਹਨ ਕਿ ਗੁਰੂ ਦੀ ਸੰਗਤ ਗੁਰਮੁਖਾਂ ਦੀ ਸੰਗਤ ਬੜੇ ਭਾਗਾ ਨਾਲ ਮਿਲਦੀ ਹੈ ਅਤੇ ਸੰਗਤ ਦਾ प्रयोजन ਹੈ ਕਿ ਜੀਵਨ ਦੇ ਅੰਦਰ ਮਾਇਆ ਦੇ ਪ੍ਰਭਾਵ ਵਿੱਚ ਜਿਹੜੇ ਮਨੁੱਖ ਉਸ ਪ੍ਰਭੂ ਪਰਮੇਸ਼ਰ ਨੂੰ ਭੁੱਲ ਜਾਂਦੇ ਹਨ ਅਤੇ ਵਿਸ਼ੇ ਵਿਕਾਰਾਂ ਵਿੱਚ ਫਸ ਕੇ ਆਪਣੇ ਜੀਵਨ ਨੂੰ ਦੁੱਖਮਈ ਬਣਾ ਲੈਂਦੇ ਹਨ ਉਹਨਾਂ ਦੁੱਖਾਂ ਪਾਪਾਂ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦੇ ਹਨ ਇਹ ਪਾਵਨ ਸ਼ਬਦ ਜਿਸ ਦੀ ਵਿਚਾਰ ਅੱਜ ਅਸੀਂ ਸਰਵਣ ਕਰਾਂਗੇ ਭਗਤ ਨਾਮਦੇਵ ਜੀ ਦਾ ਉਚਾਰਣ ਕੀਤਾ ਹੋਇਆ ਦੋ ਬੰਦਾਂ ਵਾਲਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 694 ਤੇ ਸੁਭਾਇਮਾਨ ਹੈ। ਇਸ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਜੋ ਕਿ ਸ਼ਬਦ ਦਾ ਕੇਂਦਰੀ ਪਾਵ ਹੈ ਭਗਤ ਨਾਮਦੇਵ ਜੀ ਆਖਦੇ ਹਨ ਮੇਰਾ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਕਿ ਮੇਰੇ ਮਸਤਕ ਤੇ ਮੇਰੇ ਮੱਥੇ ਤੇ ਉਸ ਪਰਮਾਤਮਾ ਦੇ ਚਰਨ ਦੀ ਚਰਨਾ ਦੀ ਧੂੜ ਲੱਗੀ ਹੈ ਲੱਗ ਗਈ ਹੈ ਮੈਂ ਪਾਗਾ ਵਾਲਾ ਬਣ ਗਿਆ ਹਾਂ ਮੇਰਾ ਮਾਥਾ ਲਾਗੀ ਲੇ ਧੂੜ ਲੱਗ ਗਈ ਉਹ ਧੂੜ ਗੋਬਿੰਦ ਦੇ ਚਰਨਾਂ ਦੀ ਜਿਸ ਧੂੜ ਵਾਸਤੇ ਸੁਰਨਰ ਦੇਵਤਾ ਲੋਕ ਮੂਨਜਨ ॠषि मुनि पीर पैगंबर ਵੀ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਹਨ ਉਸ ਲਈ ਤਰਸਦੇ ਹਨ ਤੇ ਮੈਂ ਪਾਗਾਵਾਲਾ ਹਾਂ ਜਿਸ ਨੂੰ ਸਤਗੁਰੂ ਦੇ ਰਾਹੀ ਸਤਗੁਰੂ ਦੇ ਉਪਦੇਸ਼ਾਂ ਰਾਹੀ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਨਸੀਬ ਹੋਈ ਹੈ ਮੈਂ ਪਾਗਾਵਾਲਾ ਬਣ ਗਿਆ ਹਾਂ ਇਹ ਰਾਹੋ ਦੇ ਬੰਦ ਵਿੱਚ ਭਗਤ ਨਾਮਦੇਵ ਜੀ ਆਖ ਦੇਨ ਮੇਰੇ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਸੁਰਨਰ ਮونیਜਨ ਤਿੰਨ ਹੁੰਤੇ ਦੂਰ ਦੇਵਤਾ ਲੋਕਾਂ ਅਤੇ ਮونیਜਨ ਲੋਕਾਂ ਤੋਂ ਵੀ ਕਈਆਂ ਨੂੰ ਇਹ ਚਰਨਾਂ ਦੀ ਤੋੜ ਨਸੀਬ ਨਹੀਂ ਹੁੰਦੀ ਉਹ ਵੀ ਲੋਚਦੇ ਹਨ ਆਓ ਇਸ ਸ਼ਬਦ ਦੇ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਇਸ ਰਹਾਉ ਦੇ ਬੰਦ ਦੀ ਵਿਆਖਿਆ ਕਰਨ ਤੋਂ ਪਹਿਲਾਂ ਇੱਕ ਵਾਰ ਮਨਵਿਰਤੀਆਂ ਕਰੀਏ ਕਾਗਰ ਸਤਗੁਰਾਂ ਦੀ ਬਖਸ਼ੀ ਫਤਿਹ ਨਾਲ ਸਾਂਝ ਪਾਉ ਜੀ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਧ ਕਾਲ ਤੋਂ ਧਰਮ ਦੀ ਦੁਨੀਆ ਦੇ ਅੰਦਰ ਹਰ ਧਰਮ ਪ੍ਰਮਾਤਮਾ ਦੇ ਨਾਮ ਦੀ ਗੱਲ ਕਰਦਾ ਹੈ ਹਰ ਧਰਮ ਗ੍ਰੰਥਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਚਰਚਾ ਕੀਤੀ ਹੋਈ ਹੈ ਜਿਵੇਂ ਸਤਗੁਰੂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਹਨ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਹੀਂ ਫਿਰ ਜਿਉ ਬੇਤਾਲਿਆ ਪਰ ਮਨੁੱਖ ਇਸ ਸੰਸਾਰ ਵਿੱਚ ਆ ਕੇ ਉਸ ਪ੍ਰਮਾਤਮਾ ਦੀ ਹੀ ਰਚੀ ਹੋਈ ਮਾਇਆ ਦੇ ਵਿੱਚ ਐਸਾ ਲਿਪਟਦਾ ਹੈ ਐਸਾ ਲਿਪਟ ਹੋ ਜਾਂਦਾ ਹੈ ਕਿ ਉਹ ਮਾਇਆ ਲੱਗ ਜਾਂਦੀ ਹੈ ਅਤੇ ਪ੍ਰਮਾਤਮਾ ਦਾ ਨਾਮ ਭੁਲਾ ਬੈਠਦਾ ਹੈ ਉਹ ਨਾਮ ਜੋ ਜੀਵਨ ਦਾ ਆਧਾਰ ਹੈ ਉਹ ਨਾਮ ਜੋ ਜੀਵਨ ਦਾਨ ਦੇਣ ਵਾਲਾ ਹੈ ਉਹ ਨਾਮ ਜਿਸ ਦੀ ਵਿਆਖਿਆ ਸਤਗੁਰਾਂ ਨੇ ਬਾਣੀ ਵਿੱਚ ਕੀਤੀ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਉਹ ਨਾਮ ਰੂਪੀ ਅੰਮ੍ਰਿਤ ਜੋ ਆਤਮਿਕ ਜੀਵਨ ਦੇਣ ਵਾਲਾ ਹੈ ਜੋ ਸਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਮਤਿ ਦਾ ਮੁਢਲਾ ਅਸੂਲ ਹੈ ਕਿ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਧਾਰ ਹੈ ਇਸ ਲਈ ਸਤਿਗੁਰੂ ਅਰਜੁਨ ਪਾਤਸ਼ਾਹ ਜੀ ਵੀ ਆਖਦੇ ਹਨ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੂਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ ਇਹ ਨਾਮ ਪ੍ਰਾਪਤ ਹੋ ਜਾਏ ਅਤੇ ਇਸ ਨਾਮ ਦੀ ਬਰਕਤ ਨਾਲ ਮੇਰੇ ਮਨ ਦੇ ਅੰਦਰ ਜੋ ਮਾਇਕ ਪਦਾਰਥਾਂ ਦੇ ਵਲਵਲੇ ਜੋ ਮਾਇਕ ਪਦਾਰਥਾਂ ਦਾ ਪ੍ਰਭਾਵ ਪੈ ਗਿਆ ਸੀ ਉਹਨਾਂ ਦੁਸ਼ਟ ਕਰਮਾਂ ਤੋਂ ਉਹਨਾਂ ਪਤਿਤ ਕਰਮਾਂ ਤੋਂ ਮੈਂ ਬਚ ਸਕਦਾ ਹਾਂ ਕਿਉਂਕਿ ਸਾਡੇ ਜੀਵਨ ਦਾ ਮਨੋਰਥ ਹੀ ਹੈ ਆਇਓ ਸੋਨਨ ਪੜਨ ਕੋ ਬਾਣੀ ਨਾਮ ਵਿਸਾਰ ਲਗਹਿ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਨਾਮ ਤੋਂ ਬਿਨਾ ਇਹ ਮਨੁੱਖ ਦਾ ਜੀਵਨ ਕਿਸੇ ਵੀ ਕੰਮ ਦਾ ਨਹੀਂ ਸਤਿਗੁਰੂ ਜੀ ਆਖਦੇ ਹਨ ਨਾਮ ਬਿਨਾ ਨਹੀਂ ਜੀਵਿਆ ਜਾਏ ਅਤੇ ਜਿਹੜਾ ਜੀਵਨ ਹੈ ਨਾਮ ਤੋਂ ਬਿਨਾ ਉਸ ਨੂੰ ਲਨ ਤਾਂ ਹੀ ਪਾਇਆ ਜਾਂ ਸਕਦੀਆਂ ਹਨ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਨਾਮ ਇੱਕ ਐਸੀ ਉਤਮ ਵਸਤੂ ਹੈ ਜਿਹੜੀ ਇਸ ਜੀਵਨ ਨੂੰ ਮਾਇਆ ਦੇ ਪ੍ਰਭਾਵ ਤੋਂ ਨਰਲੇਪ ਕਰਕੇ ਜਿਸ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਨੇ ਐਸਾ ਨਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਜਿਹੜਾ ਇਸ ਨਾਮ ਨੂੰ ਮਨ ਲੈਂਦਾ ਹੈ ਜਿਹੜਾ ਇਸ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਅਤੇ ਜੀਵਨ ਦੇ ਅੰਦਰ ਇਸ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਢਾਲ ਲੈਂਦਾ ਹੈ ਪাবਜੋ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਉਹਨਾਂ ਅਨੁਸਾਰੀ ਆਪਣੇ ਜੀਵਨ ਨੂੰ ਘੜਦਾ ਰਹਿੰਦਾ ਹੈ ਕਿਉਂਕਿ ਇਸ ਸ਼ਬਦ ਦੀ ਟਕਸਾਲ ਵਿੱਚ ਹੀ ਇਹ ਨਾਮੀ ਜੀਵਨ ਘੜਿਆ ਜਾਂਦਾ ਹੈ ਘੜਿਆ ਸ਼ਬਦ ਸੱਚੀ ਟਕਸਾਲ ਜਿਸ ਕੋ ਨਦਰ ਜਿਸ ਦੇ ਉੱਪਰ ਪ੍ਰਮਾਤਮਾ ਦੀ ਨਦਰ ਹੋ ਜਾਂਦੀ ਹੈ ਉਹ ਨਦਰੋ ਨਦਰੀ ਨਦਰ ਨਿਹਾਲ ਹੋ ਜਾਂਦਾ ਹੈ ਕਿਉਂਕਿ ਉਹਦੀ ਝੋਲੀ ਵਿੱਚ ਪ੍ਰਮਾਤਮਾ ਨੇ ਨਾਮ ਦੀ ਦਾਤ ਪਾ ਦਿੱਤੀ ਹੈ ਜਿਹੜੀ ਨਾਮ ਦੀ ਦਾਤ ਭਗਤ ਨਾਮਦੇਵ ਜੀ ਅੱਜ ਦੇ ਇਸ ਮੁਖ ਵਾਕ ਰਾਹੀਂ ਸਾਨੂੰ ਸਮਝਾਉਂਦੇ ਹਨ ਮੇਰਾ ਮਾਥੇ ਲਾਗੀ ਲੈ ਧੂੜ ਗੋਬਿੰਦ ਚਰਨਨ ਕੀ ਗੋਬਿੰਦ ਦੇ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਵਾਂਚਣ ਲਈ ਹੀ ਅਸੀਂ ਸਤਿਗੁਰੂ ਦੀ ਛਲ ਵਿੱਚ ਆਉਂਦੇ ਹਾਂ ਅਸੀਂ ਸਤਿਗੁਰੂ ਦੇ ਸੰਗਤ ਵਿੱਚ ਆਉਂਦੇ ਹਾਂ ਸਾਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਸੰਗਤ ਕਹਿੰਦੇ ਹੀ ਉਸ ਨੂੰ ਨੇ ਜਿੱਥੇ ਪ੍ਰਮਾਤਮਾ ਦੇ ਨਾਮ ਦੀ ਚਰਚਾ ਹੁੰਦੀ ਹੈ ਜਿੱਥੇ ਪ੍ਰਮਾਤਮਾ ਦੇ ਨਾਮ ਦੀ ਗੱਲ ਸਮਝੀ ਜਾਂਦੀ ਹੈ ਜਿਉਂ-ਜਿਉਂ ਇਨਾਮ ਸਾਡੇ ਹਿਰਦੇ ਵਿੱਚ ਵੱਸਦਾ ਹੈ ਮੇਰਾ ਹਿਰ ਹੈ ਰਤਨ ਨਾਮ ਹਰ ਵਸਿਆ ਗੁਰ ਹਾਥ ਝਰਿਉ ਮੇਰਾ ਮੱਥ ਜਦੋਂ ਗੁਰੂ ਮਿਹਰ ਦੀ ਨਜ਼ਰ ਵਿੱਚ ਆ ਕੇ ਮੇਰੇ ਮੱਥੇ ਤੇ ਭਗ ਜਗਾਉਂਦਾ ਹੈ ਮੇਰੇ ਪੂਰਬਲੇ ਕੀਤੇ ਕਰਮਾਂ ਨੂੰ ਜਾਗ ਲਾਉਂਦਾ ਹੈ ਮੇਰਾ ਮੱਥਾ ਲਾਗੀ ਲੈ ਤੂਰ ਗੋਬਿੰਦ ਚਰਨਨ ਕੀ ਉਸ ਕਿਰਪਾ ਦੇ ਪਾਤਰ ਬਣਦੇ ਆ ਸਤਿਗੁਰੂ ਜੀ ਆਖਦੇ ਹਨ ਮੇਰਾ ਹਿਰ ਹੈ ਰਤਨ ਨਾਮ ਹਰ ਵਸਿਆ ਉਹ ਪ੍ਰਮਾਤਮਾ ਦਾ ਨਾਮ ਮੇਰੇ ਹਿਰ ਦੇ ਵਿੱਚ ਵਸ ਗਿਆ ਗੁਰ ਹਾਥ ਧਰਿਓ ਮੇਰਾ ਮਾਥਾ ਇਸ ਨਾਲ ਕੀ ਹੋਇਆ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦਿਓ ਰਹਿਣ ਲਾਥਾ ਹੁਣ ਮਾਨੋ ਮੇਰੇ ਕੀਤੇ ਕਰਮਾਂ ਦਾ ਪਾਪ ਕਰਮਾਂ ਦਾ ਬੋਝ ਉਤਰ ਗਿਆ ਕਰਜ਼ਾ ਲੈ ਗਿਆ ਕਿਉਂਕਿ ਪਰਮਾਤਮਾ ਨੇ ਆਪਣੇ ਨਾਮ ਦੀ ਬੂੰਦ ਜਿਵੇਂ ਬਬੀਹਾ ਅੰਮ੍ਰਿਤ ਵੇਲ ਕੂਖ ਪੁਕਾਰ ਕਰਦਾ ਹੈ ਕਿ ਉਹਦੇ ਕੰਠ ਵਿੱਚ ਕੋਈ ਇੱਕ ਬੂੰਦ ਪੈ ਜਾਏ ਅਤੇ ਉਹ ਮੋਤੀ ਬਣ ਜਾਏ ਸਾਧ ਸੰਗਤ ਅਸੀਂ ਤੁਸੀਂ ਸਾਰੇ ਇਸ ਸੰਸਾਰ ਵਿੱਚ ਇਸ ਸੋਹਣੇ ਸੰਸਾਰ ਵਿੱਚ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇਸੇ ਸੰਸਾਰ ਵਿੱਚ ਪਰਮਾਤਮਾ ਦਾ ਵਾਸਾ ਹੈ ਇਹ ਸੰਸਾਰ ਰੂਪੀ ਬਾਗ ਉਸ ਪਰਮਾਤਮਾ ਦਾ ਸੋਹਣਾ ਬਾਗ ਹੈ ਜਿਸ ਨੂੰ ਭਗਤ ਨਾਮਦੇਵ ਜੀ ਆਖਦੇ ਹਨ ਹਰਕਾ ਬਾਗਰਾ ਇਹ ਹਰੀ ਦਾ ਬਾਗ ਹੈ ਇਹ ਪੁੰਰਕ वन ਹੈ ਇਥੇ ਕੌਲ ਦੇ ਫੁੱਲਾਂ ਦਾ ਖਿੜਿਆ ਬਾਗ ਹੈ ਇਸ ਵਿੱਚ ਇਹ ਸਾਰੇ ਜੀਵ ਜੰਤੂ ਹੰਸ ਰੂਪ ਹੋ ਕੇ ਪਰਮਾਤਮਾ ਨੇ ਪੈਦਾ ਕੀਤੇ ਹਨ ਪਰ ਹੋਇਆ ਕਿ ਇਹਨਾਂ ਹੰਸਾਂ ਨੇ ਜਦੋਂ ਸੰਸਾਰ ਵਿੱਚ ਆ ਕੇ ਦੁਨੀਆ ਦੇ ਰੰਗ ਬਰੰਗੇ ਫੁੱਲਾਂ ਦੇ ਅੰਦਰ ਰੰਗ ਬੰਗ ਰੰਗੇ ਫਲਵਾੜੀ ਦੇ ਅੰਦਰ ਰਹਿਣਾ ਸ਼ੁਰੂ ਕੀਤਾ ਇਹਨਾਂ ਦੇ ਉੱਪਰ ਵੀ ਮਾਇਆ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੰਸ ਹੰਸ ਵਰਗਾ ਬਣ ਤੱਕਦੇ ਰਹੇ ਉਹ ਭਗਤੀ ਵੀ ਕਰਦੇ ਦਿਖਦੇ ਰਹੇ ਉਹ ਤਪ ਵੀ ਕਰਦੇ ਦੇਖੇ ਗਏ ਉਹ ਜੰਗਲਾਂ ਵਿੱਚ ਜਾ ਕੇ ਤਪ ਤਪੱਸਿਆ ਵੀ ਕਰਦੇ ਰਹੇ ਪੁੱਠੇ ਲੜ ਕੇ ਬਹੁਤ ਸਾਰੇ ਕਰਮ ਕਾਂਡ ਧਰਮ ਦੇ ਕੀਤੇ ਪਰ ਨਾਮ ਤੋਂ ਸਖਣੇ ਰਹਿਣ ਕਰਕੇ ਉਹਨਾਂ ਦਾ ਜੀਵਨ ਬਣ ਨਹੀਂ ਸਕਿਆ ਜਿਵੇਂ ਆਮ ਇਨਸਾਨ ਮਾਇਆ ਦੀ ਗ੍ਰਸਤ ਵਿੱਚ ਆ ਕੇ ਆਪਣੇ ਲਕਸ਼ ਨੂੰ ਆਪਣੇ ਮਕਸਦ ਨੂੰ ਭੁੱਲ ਜਾਂਦਾ ਹੈ ਇਹ ਹੰਸ ਹੰਸ ਵਰਗਾ ਤਰਿਆ ਇਹ ਧਰਮੀ ਦਿਖਦਾ ਤਾਂ ਹੈ ਪਰ ਇਹ ਵਿੱਚੋਂ ਬਗਲੇ ਵਰਗਾ ਹੀ ਹੈ ਇਹਨਾਂ ਦਾ ਵਾਸਾ ਇੱਕੋ ਹੈ ਪ੍ਰਮਾਤਮਾ ਨੇ ਇਸ ਸੰਸਾਰ ਵਿੱਚ ਹੰਸ ਵੀ ਨੇ ਤੇ ਬਗਲੇ ਵੀ ਨੇ ਭੇਜਾਤਾ ਉਸ ਪ੍ਰਮਾਤਮਾ ਨੇ ਸਾਨੂੰ ਹੰਸ ਰੂਪ ਵਿੱਚ ਭੇਜਿਆ ਸੀ ਕਿ ਤੂੰ ਇਸ ਸੋਹਣੇ ਬਾਗ ਵਿੱਚ ਜਾ ਕੇ ਅਮਰਤ ਦੇ ਮੋਤੀ ਚੋਗ ਅਮਰਤ ਭੋਜਨ ਦੀ ਤਿਆਰੀ ਕਰ ਪਰ ਇਹ ਹੰਸ ਨੇ ਇਥੇ ਆ ਕੇ ਉਹ ਭੁੱਲ ਗਿਆ ਸਰਵਰ ਹੰਸ ਤੁਰੇ ਹੀ ਮੇਲਾ ਖਸਮੈਂ ਇਵੇਂ ਪਾੜਾ ਪ੍ਰਮਾਤਮਾ ਦੀ ਇਹ ਵੀ ਇੱਕ ਵਡਿਆਈ ਸੀ ਕਿ ਇਸ ਹੰਸ ਨੂੰ ਇਸ ਬਾਗ ਵਿੱਚ ਛੜਿਆ ਕਿ ਤੂੰ ਵੇਖ ਜਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਹੈ ਜਿਹੜੀ ਚੀਜ਼ ਤੇਰੇ ਫਾਇਦੇਮੰਦੀ ਹੈ ਉਸ ਨੂੰ ਲੈ ਅਤੇ ਜਿਹੜੀ ਫਾਇਦੇਚ ਨਹੀਂ ਹੈ ਉਸ ਨੂੰ ਤਿਆਗ ਦੇ ਇੰਜ ਇਹ ਤਪੱਸਿਆ ਚੰਗੇ ਤੇ ਮੰਦੇ ਦੀ ਕਰਮ ਕਰਨੀ ਏਸੀ ਨਾਮ ਜਪਣਾ ਪਰ ਇਸ ਮਨੁੱਖ ਨੇ ਇਸ ਜੀਵ ਰੂਪੀ ਹਾਂਸ ਨੇ ਇਥੇ ਧਰਮੀ ਲਿਬਾਸ ਤਾਂ ਪਹਿਨ ਲਿਆ ਪਰ ਜੀਵਨ ਬਗਲਿਆਂ ਵਰਗਾ ਹੀ ਬਣ ਗਿਆ ਕਿਉਂਕਿ ਹੰਸਾਂ ਦੀ ਖੁਰਾਕ ਤਾਂ ਸੀ ਮੋਤੀ ਚੁਗਣਾ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਪਾਲਣ ਜਾਵੇ ਇਹ ਬਗਲੇ ਦੀ ਤਰ੍ਹਾਂ ਡਡੀਆਂ ਪਾਲਦਾ ਗੰਦਗੀ ਖਾਂਦਾ ਪਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਐਸੇ ਡੱਡੂਆਂ ਨੂੰ ਵੀ ਜਦੋਂ ਇਹ ਸਮਝਾਉਂਦੇ ਹਨ ਦਾਦਰ ਏ ਡੱਡੂ ਤੂੰ ਸਮਝਦਾ ਨਹੀਂ ਦਾਦਰ ਤੂੰ ਕਬਹ ਨਾ ਜਾਣਸਰੇ ਪਕਸ ਸੇ ਬਾਲ ਗੰਦਗੀ ਖਾਈ ਜਾਂਦਾ ਹੈ ਕਾਈ ਖਾਈ ਜਾਂਦਾ ਹੈ ਪਾਣੀ ਵਿੱਚੋਂ ਪਕਸ ਸੇ ਬਾਲ ਬਸ ਸੇ ਨਿਰਮਲ ਜਲ ਰਹਿੰਦਾ ਤੂੰ ਸੋਹਣੇ ਪਾਣੀ ਵਿੱਚ ਪਰ ਇਸ ਪਾਣੀ ਵਿੱਚੋਂ ਤੂੰ ਅੰਮ੍ਰਿਤ ਰੂਪੀ ਜਲ ਤਰ ਛਕਦਾ ਨਹੀਂ ਜਿਹੜਾ ਤੇਰਾ ਜੀਵਨ ਦਾ ਆਧਾਰ ਸੀ ਤੂੰ ਤਾਂ ਇਸ ਪਾਣੀ ਵਿੱਚੋਂ ਕਾਈ ਹੀ ਖਾਇ ਜਾਂਦਾ ਹੈ ਅੰਮ੍ਰਿਤ ਸੰਗ ਬਸ ਹੈ ਤੇਰੇ ਵਿਖਿਆ ਸਿਉ ਰਝਾਇਓ ਉਹ ਨਾਮ ਰੂਪੀ ਅੰਮ੍ਰਿਤ ਤੇਰੇ ਅੰਦਰ ਹੀ ਵਸਦਾ ਤੇ ਤੂੰ ਇਸ ਨੂੰ ਬਾਹਰੋਂ ਢੂੰਡਣ ਤੁਰਿਆ ਫਿਰਦਾ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਕਿ हे ਭਾਈ ਇਹ ਨਾਮ ਤੈਨੂੰ ਅੰਦਰੋਂ ਹੀ ਪ੍ਰਾਪਤ ਹੋਵੇਗਾ ਜਿਸ ਜਲ ਨੇਦ ਕਾਰਣ ਤੂੰ ਜਾਗੇ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ ਉਹ ਗੁਰੂ ਤੂੰ ਹੀ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਸ ਨਾਮ ਦੀ ਬਰਕਤ ਨਾਲ ਸਾਡੇ ਕਰੋੜਾਂ ਕੀਤੇ ਪਾਪ ਗਿਲਬਿਕ ਪਾਪ ਦੂਰ ਹੋ ਜਾਂਦੇ ਹਨ ਪਰ ਤਰਸ ਦੀ ਇਹ ਹੈ ਕਿ ਮਨੁੱਖ ਅੰਮ੍ਰਿਤ ਨੂੰ ਕੌੜਾ ਸਮਝਣ ਲੱਗ ਪੈਂਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਮਿੱਠਾ ਸਮਝਦਾ ਹੈ ਅੰਮ੍ਰਿਤ ਕੌੜਾ ਵਿਖਿਆ ਮੀਠੀ ਤੇ ਫਿਰ ਇਹ 사ਖਤ ਮਨੁੱਖ ਬਣ ਜਾਂਦਾ ਹੈ ਇਹ 사ਖਤ ਮਨੁੱਖ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ 사ਖਤ ਕੀ ਬਿਦ ਨੈਣੋਂ ਦੀਠੀ ਪਰ ਭਗਤ ਨਾਮਦੇਵ ਜੀ ਆਗਦੇ ਹਨ ਮੇਰੇ ਚੰਗੇ ਭਾਗਾ ਨੂੰ ਮੈਨੂੰ ਸਤਿਗੁਰੂ ਮਿਲੇਆ ਅਤੇ ਸਤਿਗੁਰੂ ਨੇ ਮੇਰੇ ਅੰਦਰ ਇਹ ਨਾਮ ਦੀ ਧੂੜ ਸਤਿਗੁਰੂ ਨੇ ਉਸ ਗੋਬਿੰਦ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲਗਾ ਦਿੱਤੀ ਮੇਰਾ ਮੱਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਜਿਸ ਨੂੰ ਸੁਰਨਰ ਦੇਵੀ ਦੇਵਤੇ ਤਰਸਦੇ ਹਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਇਸ ਗੱਲ ਨੂੰ ਇੰਜ ਬਿਆਨ ਕਰਦੇ ਹਨ ਸੁਰਨਰ ਮੋਨੀ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਜਿਨ੍ਹਾਂ ਦੇ ਉੱਪਰ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਉਹ ਸਤਿਗੁਰੂ ਦੇ ਲੜ ਲੱਗ ਗਏ ਅਤੇ ਸਤਿਗੁਰੂ ਨੇ ਉਹਨਾਂ ਦੀ ਝੋਲੀ ਵਿੱਚ ਨਾਮ ਦੀ ਵਰਸ਼ ਕਰ ਦਿੱਤੀ ਨਾਮ ਦੇ ਪੰਡਾਰੇ ਪਰ ਦਿੱਤੇ ਅਤੇ ਉਹਨਾਂ ਦਾ ਜੀਵਨ ਪਾਪਾਂ ਤੋਂ ਮੁਕਤ ਹੋ ਗਿਆ ਵਿਕਾਰਾਂ ਤੋਂ ਬਚ ਗਿਆ ਕੁਝ ਇਹੋ ਜਿਹੇ ਭਾਵਨਾ ਨੂੰ ਅੱਜ ਦੇ ਇਸ ਸ਼ਬਦ ਰਾਹੀਂ ਭਗਤ ਨਾਮਦੇਵ ਜੀ ਸਾਡੀ ਝੋਲੀ ਵਿੱਚ ਪਾ ਰਹੇ ਹਨ ਪਹਿਲੇ ਬੰਦ ਵਿੱਚ ਭਗਤ ਨਾਮਦੇਵ ਜੀ ਆਖਦੇ ਹਨ ਪਤ ਪਾਵਨ ਮਾ ਦੋ ਬਿਰਦ ਤੇ ਰਬ ਏ ਵਾਇਗਰੂ ਮੈਂ ਸਮਝਦਾ ਹਾਂ ਕਿ ਤੇਰਾ ਮੁੱਢਕ ਦੀਮਾ ਦਾ ਸਭਾਉ ਹੈ ਇਹ ਪਰਮਾਤਮਾ ਦੀ ਇੱਕ ਬਣਾਈ ਹੋਈ ਬਣਤਰ ਹੈ ਕਿ ਉਹ ਕਦੀ ਵੀ ਆਪਣੇ ਪੈਦਾ ਕੀਤੇ ਇਹਨਾਂ ਜੀਵਾਂ ਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ ਉਹ ਚਾਹੁੰਦਾ ਤਾਂ ਹੈ ਕਿ ਸਾਰੇ ਜੀਵ ਉਸ ਨਾਮ ਅੰਮ੍ਰਿਤ ਦੀ ਬਰਕਤ ਨਾਲ ਸੁਖੀ ਹੋ ਜਾਣ ਉਸ ਨਾਮ ਅੰਮ੍ਰਿਤ ਦੀ ਬਰਕਤ ਨਾਲ ਆਨੰਦਿਤ ਹੋ ਜਾਣ ਤਾਂਕੇ ਉਸ ਆਨੰਦ ਵਿੱਚ ਇਹ ਸਾਰੇ ਦੁੱਖਾਂ ਦਲੇਦਰਾ ਤੋਂ ਬਾਝ ਸਕਦੇ ਹਨ ਕਿਉਂਕਿ हे ਵਾਹਿਗੁਰੂ ਇਹ ਤੇਰਾ ਮੂਢਕ ਕਦੀਬਾਂ ਦਾ ਸੁਭਾਅ ਹੈ ਬਿਰਧ ਹੈ ਤੇਰਾ ਇਸ ਲਈ ਸੇ ਅਰਦਾਸ ਵਿੱਚ ਆਖਦੇ ਹਾਂ ਆਪਣੇ ਬਿਰਧ ਦੀ लाज ਰੱਖਣਾ ਇਹ ਸਤਿਗੁਰੂ ਇਹ ਤੇਰਾ ਤਾਂ ਮੂਢਕ ਕਦੀਬਾਂ ਦਾ ਸੁਭਾਅ ਹੈ ਕਿਉਂਕਿ ਤੂੰ ਪਤਿਤ ਪਾਵਨ ਹੈ ਪਰ ਮੈਂ ਹੀ ਇੱਕ ਐਸਾ ਹਾਂ ਕਿ ਤੇਰੇ ਇਸ ਸੁਭਾਅ ਨੂੰ ਨਾ ਪਛਾਣ ਕੇ ਤੇਰੇ ਤੋਂ ਦੂਰ ਹੋ ਜਾਂਦਾ ਹਾਂ ਆਇਆ ਤਾਂ ਸਾਂ ਮੈਂ ਨਾਮ ਦੇ ਜਪਣਾ ਆਇਆ ਤਾਂ ਮੈਸੀ ਨਾਮ ਦੀ ਪ੍ਰਾਪਤੀ ਕਰਨ ਲਈ ਜਿਹੜਾ ਗੁਰੂ ਵੱਲ ਇੱਕ ਕਦਮ ਵੀ ਪੁੱਟ ਲੈਂਦਾ ਓਦੀ ਝੋਲੀ ਵਿੱਚ ਇਹ ਨਾਮ ਦੀ ਦਾਤ ਪੈ ਜਾਂਦੀ ਹੈ ਭਾਈ ਗੁਰਦਾਸ ਸਿੰਘ ਨੇ ਬੜੇ ਸੁੰਦਰ ਬਚਨ ਕੀਤੇ ਹਨ ਇਹ ਗੁਰੂ ਕੇ ਸਿੱਖਾ ਤੂੰ ਇੱਕ ਕਦਮ ਪੁੱਟ ਕੇ ਤਾਂ ਵੇਖ ਇਸ ਨਾਮ ਨੂੰ ਆਪਣੀ ਝੋਲੀ ਵਿੱਚ ਪਾਉਣ ਲਈ ਸਤਿਗੁਰੂ ਦੇ ਦਰ ਵੱਲ ਇੱਕ ਕਦਮ ਪੁੱਟ ਸਤਿਗੁਰੂ ਕਰੋੜਾਂ ਪੈਂਡਾ ਅੱਗੇ ਹੋ ਕੇ ਤੈਨੂੰ ਲੈ ਲੈਣਗੇ ਤੂੰ ਆਪਣੀ ਕੀਤੀ ਦਾ ਕੋਈ ਇੱਕ ਕੌਡੀ ਵੀ ਪਿਆਰ ਪ੍ਰਗਟ ਕਰਕੇ ਵੇਖ ਸਤਗੁਰ ਤੁਹਾਨੂੰ ਪਿਆਰ ਦੇ ਖਜ਼ਾਨੇ ਬਖਸ਼ਦਾਏਗਾ ਚਰਣ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤਾ ਭਾਵਨੀ ਭਗਤ ਪਾਇ ਕੋੜੀ ਗਰ ਭਾਗ ਰੱਖੇ ਸਤਗੁਰ ਤਾਹੇ ਨਿਧਾਨਦਾਨ ਦੇਤ ਹੈ ਸਤਗੁਰ ਦਇਆ ਨਿਧ ਮਹਿਮਾ ਆਗਾਦ ਬੂਧ ਨਮੋ 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 ਨੇਤ 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 ਹੈ ਸਤਗੁਰੂ ਐਸਾ ਬਖਸ਼ੰਦ ਹੈ ਉਸ ਪ੍ਰਮਾਤਮਾ ਦਾ ਭੇਜਿਆ ਸਤਗੁਰ ਐਸਾ ਦਾਤਾ ਹੈ ਕਿ ਜਿਹੜਾ ਮੇਰੀ ਚੂਲੀ ਵਿੱਚ ਇਹ ਨਾਮ ਦੀ ਬਰਸ਼ ਕਰ ਦਿੰਦਾ ਹੈ ਇਸ ਲਈ ਮੈਂ ਸਤਿਗੁਰੂ ਤੇਰੀ ਸ਼ਰਨ ਵਿੱਚ ਆਇਆ ਹਾਂ ਸਤਿਗੁਰੇ ਆਇਓ ਸ਼ਰਨ ਤੋਹਾਰੀ ਤੇ ਭਗਤ ਨਾਮਦੇਵ ਜੀ ਆਖਦੇ ਨੇ ਹੈ ਵਾਹਿਗੁਰੂ ਤੇਰਾ ਨਾਮ ਹੀ ਪਤਿਤ ਪਾਵਨ ਹੈ ਤੇਰਾ ਨਾਮ ਹੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਹਟਾ ਕੇ ਸੱਚੇ ਜੀਵਨ ਵਾਲਾ ਬਣਾਉਣ ਵਾਲਾ ਹੈ ਪਤਿਤ ਪਾਵਨ ਮਾਧੋ ਹੈ ਮਾਧੋ ਹੈ ਪ੍ਰਭੂ ਪਰਮੇਸ਼ਰ ਤੇਰਾ ਸੁਭਾਅ ਹੈ ਬਿਰਦ ਤੇਰਾ ਤੇਰਾ ਇਹ ਮੂੜਕ ਦੀ ਮਾਂ ਦਾ ਭਾਵ ਮੂੜ ਤੋਂ ਹੀ ਪ੍ਰਮਾਤਮਾ ਦਾ ਇਹ ਸੁਭਾਅ ਹੈ ਕਿ ਉਹ ਦੀਨਾ ਦੁਖੀਆਂ ਤੇ ਮਿਹਰ ਕਰਨ ਵਾਲਾ ਹੈ ਉਹ ਦੀਨਾ ਤੇ ਦਇਆ ਕਰਨ ਵਾਲਾ ਹੈ ਉਹ ਸੁੱਖਾਂ ਦਾ ਸਾਗਰ ਹੈ ਉਹ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ ਤਾਂ ਸਤਿਗੁਰੂ ਜੀ ਭਗਤਨਾਮ ਦੇਵ ਜੀ ਦੇ ਰਾਹੀ ਸਾਨੂੰ ਇਹ ਬਖਸ਼ਿਸ਼ ਕਰਦੇ ਹਨ ਧਨ ਤੇ ਵੈ ਮੁਨੀ ਜਨ ਭਗਤਨਾਮ ਦੇਵ ਜੀ ਆਖਦੇ ਹਨ ਉਹ muni jan ਵੀ ਧਨ ਹਨ ਕਿਉਂਕਿ ਸਾਰੇ ਹੀ ਲੋਚਦੇ ਤਾਂ ਹਨ ਪਰ ਕਿਸੇ ਵਿਰਲੇ ਭਾਗਾਂ ਵਾਲੇ ਦੇ ਭਾਗ ਜਗਦੇ ਹਨ ਅਤੇ ਉਹਨਾਂ ਨੂੰ ਸਤਿਗੁਰੂ ਦੇ ਚਰਨ ਸ਼ਰਨ ਵਿੱਚ ਬੈਠ ਕੇ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਮੈਂ ਉਹਨਾਂ ਮੂਨੀ ਜਨ ਲੋਕਾਂ ਨੂੰ ਵੀ ਤਨ ਆਖਦਾ ਹਾਂ ਤਨ ਤੇਵੈ ਉਹ ਤੇਵੈ ਦਾਰਸਨ ਦਾ ਉਹ ਉਹ ਮੂਨੀ ਜਨ ਉਹ ਰਿਸ਼ੇ ਮੂਨੀ ਤਾਨ ਹਨ ਜਨਤਿਆਉ ਹਰ ਪਬ ਮੇਰਾ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਮੇਰਾ ਪ੍ਰਭੂ ਪਰਮੇਸ਼ਰ ਪ੍ਰਣੀਤ ਜਿਸ ਨੂੰ ਭਗਤ ਰਬਦਾਸ ਜੀ ਆਖਦੇ ਹਨ ਹਮ ਸਰਦੀਨ ਦੇ ਆਲ ਨਾ ਤੁਮ ਸਰ ਅਪਤੀਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੇਜੈ ਤੇ ਭਗਤ ਰਦਾਸ ਜੀ ਆਖਦੇ ਹਨ ਕਿ ਏ ਵਾਹਿਗੁਰੂ ਏ ਪਰਮੇਸ਼ਰ ਜੀ ਮੈਂ ਬਹੁਤ ਜਨਮਾਂ ਤੋਂ ਬੜੇ ਚਿਰਾਂ ਤੋਂ ਇਸ ਲਈ ਤਰਸ ਰਿਹਾ ਹਾਂ ਕਿ ਮੇਰੀ ਝੋਲੀ ਵਿੱਚ ਵੀ ਅਮਰਤ ਦੇ ਨਾਮ ਦੀ ਬੂੰਦ ਪੈ ਜਾਏ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਹੁਣ ਸਾਧ ਸੰਗਤ ਵਿੱਚ ਆ ਕੇ ਇਹ ਜੋ ਜੀਵਨ ਮਿਲਿਆ ਹੈ ਇਹ ਜੀਵਨ ਹੁਣ ਤੇਰੇ ਲੇਖੇ ਵਿੱਚ ਹੈ ਇਹ ਜਨਮ ਤੁਹਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵੋਂ ਚਿਰ ਪੈਓ ਦਰਸ਼ਨ ਦੇਖੇ ਬੜੇ ਚਿਰਾਂ ਤੋਂ ਭਟਕਦਿਆਂ ਭਟਕਦਿਆਂ ਇਹ ਹੁਣ ਸਮਾ ਬਣਿਆ ਹੈ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਇਹ ਨਾਮ ਦੀ ਦਾਤ ਚੋਲੀ ਪਈ ਹੈ ਤੇ ਮੈਂ ਉਹਨਾਂ ਗੁਰਮੁਖਾਂ ਤੋਂ ਉਹਨਾਂ ਰਿਸ਼ੀ ਮੁਨੀਆਂ ਤੋਂ ਉਹਨਾਂ ਭਗਤ ਜਨਾਂ ਤੋਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਜਾਂਦਾ ਹਾਂ ਉਹ ਤਨ ਹਨ ਉਹ ਵੱਡੇ ਪਾਗਾਂ ਵਾਲੇ ਹਨ ਜਿਨ੍ਹਾਂ ਨੇ ਮੇਰਾ ਉਹ ਪ੍ਰਭੂ ਪਰਮੇਸ਼ਰ ਆਪਣੇ ਚੇਤੇ ਵਿੱਚ ਲਿਆਂਦਾ ਹੈ ਜਨ ਤੇ ਆਇਓ ਹਰਬਬ ਮੇਰਾ ਇਸ ਲਈ ਐਸੇ ਪ੍ਰਭੂ ਦੇ ਚਰਣਾ ਦੀ ਧੂੜ ਮੇਰੇ ਮੱਥੇ 'ਤੇ ਵੀ ਲੱਗ ਗਈ ਉਹਨਾਂ ਸੰਗਤ ਵਿੱਚ ਜਾ ਕੇ ਮੈਨੂੰ ਵੀ ਇਹ ਨਾਮ ਦੀ ਦਾਤ ਮਿਲ ਗਈ ਤੇ ਮੈਂ ਭਾਗਾ ਵਾਲਾ ਬਣ ਗਿਆ ਦੂਸਰੇ ਬੰਦ ਵਿੱਚ ਭਗਤ ਨਾਮਦੇਵ ਜੀ ਫਰਮਾਉਂਦੇ ਹਨ ਦੀਨ ਕਾ ਦਇਆਲ ਮਾਦੋ ਗਰਭ ਪ੍ਰਹਾਰੀ ਉਹ ਦੀਨਾਂ ਦੇ ਉੱਪਰ ਦੁਖੀਆਂ ਦੇ ਉੱਪਰ ਦਇਆ ਕਰਨ ਵਾਲਾ ਮਾਲਕ ਦੀਨ ਕਾ ਦਇਆਲ ਉਹ ਐਸਾ ਹੈ हे वैगुरु तू दीनਾਂ ਦੇ ਉੱਪਰ ਦਇਆ ਕਰਨ ਵਾਲਾ ਹੈ। दीन का दयाल माधव हे मादो हे प्रभु जी हे वैगुरु जी ਤੁਸੀਂ ਦੀਨਾਂ ਦੁਖੀਆਂ ਦੇ ਉੱਪਰ ਮਿਹਰ ਕਰਨ ਵਾਲੇ ਹੋ। ਗਰਭ ਪ੍ਰਹਾਰੀ ਅਤੇ ਇਹ ਮਿਹਰ ਦੀ ਨਜ਼ਰ ਕਿਵੇਂ ਕਰਦੇ ਹੋ ਕਿ ਸਾਡੇ ਮਨ ਦਾ ਜੋ ਮਾਇਆ ਦੇ ਕਾਰਨ ਹੰਕਾਰ ਬਣ ਗਿਆ ਸੀ ਕਿ ਮੈਂ ਹੀ ਕਰਨ ਵਾਲਾ ਹਾਂ। ਇਹ ਮੈਂ ਹੀ ਕੀਤਾ ਹੈ। ਇਹ ਮੈਂ ਹੀ ਕਰ ਸਕਦਾ ਹਾਂ। ਇਸ ਮੈਂ ਮੇਰੀ ਤੋਂ ਬਚਾਉਣ ਲਈ ਜਦੋਂ ਤੁਸੀਂ ਨਾਮ ਦੀ ਦਾਤ ਬਖਸ਼ਿਸ਼ ਕੀਤੀ ਪ੍ਰਭੂ ਜੀ ਇਹ ਮੇਰਾ ਦੂਰ ਹੋ ਗਿਆ। ਦੀਨ ਕਾ ਦਇਆਲ ਮਧਵ ਗਰਭ ਪ੍ਰਹਾਰੀ ਓ ਵਾਹਿਗੁਰੂ। ਦੀਨਾਂ ਦੇ ਉੱਪਰ ਦੁਖੀਆਂ ਦੇ ਉੱਪਰ ਦਇਆ ਕਰਨ ਵਾਲਾ ਹੈ ਅਤੇ ਸਾਡੇ ਹੰਕਾਰ ਨੂੰ ਦੂਰ ਕਰਨ ਵਾਲਾ ਹੈ। ਗਰਭ ਪ੍ਰਹਾਰੀ ਸਾਡੇ ਮਨ ਦਾ ਹੰਕਾਰ ਦੂਰ ਕਰ ਦਿੰਦਾ ਹੈ ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਹਉਮੈ ਹੈ, ਉਨਾਂ ਚਿਰ ਨਾਮ ਦੀ ਦਾਤ ਝੋਲੀ ਵਿੱਚ ਨਹੀਂ ਪੈਂਦੀ। ਗਰਭ ਹੰਕਾਰ ਦੂਰ ਹੋ ਜਾਂਦਾ ਹੈ ਹਉਮੈ ਚਲੀ ਜਾਂਦੀ ਹੈ ਤਾਂ ਉਹ ਪਰਮੇਸ਼ਰ ਸਾਡੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ ਕਿਉਂਕਿ ਸਤਿਗੁਰੂ ਜੀ ਆਖਦੇ ਹਨ ਹਉਮੈ ਜਾਈ ਤਾਂ ਕੰਤ ਸਮਾਈ ਹਉਮੈ ਦੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਕਿ ਦੋਨੋਂ ਇਕੱਠੇ ਨਹੀਂ ਰਹਿ ਸਕਦੇ ਜਿਸ ਮਨ ਵਿੱਚ ਹਉਮੈ ਹੈ ਉੱਥੇ ਨਾਮ ਨਹੀਂ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਇਹ ਦੋਨੋਂ ਜਿਵੇਂ ਇੱਕ ਮ्यान ਵਿੱਚ ਦੋ ਤਲਵਾਰਾਂ ਨਹੀਂ ਠਰਦੀਆਂ ਤੇਵੇਂ ਇਸ ਮਨ ਵਿੱਚ ਹਉਮੈ ਤੇ ਹੰਕਾਰ ਕਦੀ ਵੀ ਇਕੱਠਾ ਨਹੀਂ ਠਹਿਰ ਸਕਦਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਭਗਤ ਨਾਮਦੇਵ ਜੀ ਦੀ ਰਸਨਾ ਰਾਹੀਂ ਦੀਨ ਦਾ ਦਇਆਲ ਮਾਧਵ ਗਰਭ ਪ੍ਰਹਾਰੀ ਏ ਗੋਬਿੰਦ ਏ ਮਾਧਵ ਏ ਵਾਇਗਰੂ ਏ ਕਾਲਪੁਰਖ ਜੀ ਉਹ ਪ੍ਰਮਾਤਮਾ ਤੁਸੀਂ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਹੋ ਅਤੇ ਸਾਡੇ ਹੰਕਾਰ ਨੂੰ ਦੂਰ ਕਰਨ ਵਾਲੇ ਹੋ ਚਰਨ ਸ਼ਰਨ ਨਾਮਾ ਬਲ ਤਿਹਾਰੀ ਇਸ ਲਈ ਮੈਂ ਤੇਰੀ ਚਰਨਾਂ ਵਿੱਚ ਤੇਰੀ ਸ਼ਰਨ ਵਿੱਚ ਆ ਗਿਆ ਹਾਂ ਸਗਲ ਦੁਆਰ ਕੋ ਛਾੜ ਕੇ ਗਇਓ ਤੋਹਾਰੂ ਦੁਆਰ ਮੈਂ ਸਤ ਕੋ ਰਿ ਆਇਓ ਸ਼ਰਨ ਤੋਹਾਰੀ ਇਸ ਲਈ ਮੈਂ ਸਾਰੇ ਆਸਰੇ ਪਰਨੇ ਛੱਡ ਕੇ ਤਜ ਆਨ ਸ਼ਰਨ ਗਹੀ ਮੈਂ ਹੋਰ ਨਾਂ ਦੇ ਆਸਰੇ ਪਾਸਰੇ ਛੱਡ ਦਿੱਤੇ ਤਜ ਆਨ ਸ਼ਰਨ ਗਹੀ ਤੇਰੀ ਸ਼ਰਨ ਪਕੜ ਲਈ ਹੈ ਤੈਨੂੰ ਤੇਰਾ ਲੜ ਪਕੜ ਲਿਆ ਹੈ ਚਰਨ ਸ਼ਰਨ ਨਾਮ ਬਲ ਤੇ ਹਾਰੀ ਏ ਵਾਹਿਗੁਰੂ ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਣੀ ਆਇਆ ਹਾਂ ਅਤੇ ਤਤੋਂ ਸਦਕੇ ਜਾਂਦਾ ਹਾਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ ਹਉ ਬਲਿਹਾਰੈ ਜਾਉ ਤਨਾਕੈ ਲੈਨ ਜੋ ਤੇਰਾ ਨਾਮ ਮੈਂ ਜਿੱਥੇ ਤੈਥੋਂ ਸਦਕੇ ਜਾਂਦਾ ਹਾਂ ਉੱਥੇ ਤੇਰੇ ਨਾਮ ਲੈਣ ਵਾਲਿਆਂ ਤੋਂ ਵੀ ਕੁਰਬਾਨ ਜਾਂਦਾ ਹਾਂ ਹਉ ਕੁਰਬਾਨੈ ਜਾਉ ਤਨਾਕੈ ਲੈਨ ਜੋ ਤੇਰਾ ਨਾਮ ਇਸ ਲਈ ਸਤਿਗੁਰੂ ਜੀ ਕਿਰਪਾ ਕਰਨੀ ਮੈਨੂੰ ਨਾਮ ਦੇਵ ਦੇ ਉੱਪਰ ਵੀ ਇਹ ਮਿਹਰਾਂ ਦੀ ਬਰਸ਼ ਕਰੀ ਰੱਖਣੀ ਤਾਂ ਕਿ ਮੈਂ ਇਸ ਸੰਸਾਰ ਵਿੱਚ ਵਿਸ਼ੇ ਵਿਕਾਰਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਾਂ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਸਤਿਗੁਰੂ ਜੀ ਨੇ ਨਾਮਦੇਵ ਜੀ ਦੀ ਰਸਨਾ ਤੋਂ ਜੋ ਸਾਡੀ ਚੋਲੀ ਵਿੱਚ ਅੰਮ੍ਰਿਤ ਵਚਨ ਪਾਏ ਹਨ ਕਿ ਪ੍ਰਭੂ ਦੇ ਸਿਮਰਨ ਭਾਗਾਂ ਤੋਂ ਬਿਨਾਂ ਨਹੀਂ ਮਿਲਦੀ ਵਿਣ ਭਾਗਾਂ ਸਤ ਸੰਗ ਨਾਲ ਲੱਭੈ ਪ੍ਰਭੂ ਦੇ ਸਿਮਰਨ ਦੀ ਦਾਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਜਿਹੜੇ ਪ੍ਰਭੂ ਦੀਆਂ ਦਾਤਾਂ ਨਾਲ ਪਿਆਰ ਨਹੀਂ ਪਾਉਂਦੇ ਉਹ ਪ੍ਰਭੂ ਪਰਮੇਸ਼ਰ ਨਾਲ ਪਿਆਰ ਪਾ ਲੈਂਦੇ ਹਨ ਪਰ ਜਿਨ੍ਹਾਂ ਨੂੰ ਦਾਤਾਂ ਚੰਗੀਆਂ ਲੱਗਣ ਲੱਗ ਪੈਂਦੀਆਂ ਹਨ ਦਾਤਾਰ ਭੁੱਲ ਜਾਂਦਾ ਹੈ ਉਹ ਨਾਮ ਤੋਂ ਸਖੜੇ ਰਹਿ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਇਹ ਭਾਗਾਂ ਵਾਲਿਆਂ ਨੂੰ ਇਹ ਦਾਤ ਮਿਲਦੀ ਹੈ ਨਾਮ ਜਪਣ ਦੀ ਉਹ ਸਿਮਰਦੇ ਹਨ ਅਤੇ ਜਿਹੜੇ ਸਿਮਰਦੇ ਹਨ ਜੋ ਸਿਮਰੈ ਸੋ ਜੀਵੈ ਉਹੀ ਜੀਵਨ ਪ੍ਰਾਪਤ ਕਰ ਲੈਂਦੇ ਹਨ ਉਹੀ ਭਾਗਾਂ ਵਾਲੇ ਮਨੋਖ ਹਨ ਅਤੇ ਉਹਨਾਂ ਦੇ ਸਾਰੇ ਪਾਪ ਕਿਲਵਿਕ ਪਾਪ ਦੁਸ਼ਟ ਕਰਮ ਦੂਰ ਹੋ ਜਾਂਦੇ ਹਨ ਕਿਉਂਕਿ ਜਿਨ੍ਹਾਂ ਨੇ ਇਸ ਨਾਮ ਨੂੰ ਸੁਣਿਆ ਮੰਨਿਆ ਮਨ ਕੀਤਾ ਪਾਓ ਦੁੱਖ ਪਰਹਰ ਸੁਖ ਕਰ ਲੈ ਜਾਏ ਉਹ ਦੁੱਖਾਂ ਦਾ ਨਾਸ਼ ਕਰ ਲੈਂਦੇ ਹਨ ਅਤੇ ਸੁੱਖਾਂ ਨੂੰ ਆਪਣੇ ਝੋਲੀ ਵਿੱਚ ਪਾ ਕੇ ਲੈ ਜਾਂਦੇ ਹਨ ਸਤਿਗੁਰੂ ਬਖਸ਼ਿਸ਼ ਕਰਨ ਅਸੀਂ ਵੀ ਸਤਿਗੁਰੂ ਦੇ ਚਰਨ ਛਣ ਵਿੱਚ ਆ ਸਕੀਏ ਅਤੇ ਇੱਕ ਘੜੀ ਆਧੀ ਘੜੀ ਉਸ ਪਰਮਾਤਮਾ ਦੇ ਸਿਮਰ ਵਿੱਚ ਗੁਜ਼ਾਰੀਏ ਤਾਂ ਕਿ ਸਾਡਾ ਜੀਵਨ ਵੀ ਇਨ੍ਹਾਂ ਪਾਪਾਂ ਤੋਂ ਇਨ੍ਹਾਂ ਮਾੜੇ ਕੰਮਾਂ ਤੋਂ ਬਚ ਕੇ ਸਤਿਗੁਰੂ ਦੇ ਨਾਮ ਦੇ ਨਾਲ ਜੁੜ ਸਕੇ ਇਹ ਲੋਕ ਅਤੇ ਪਰਲੋਕ ਸੁਹੇਲੇ ਹੋ ਜਾਣ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਵਿਚਾਰਾਂ ਕਰਦੇ ਆ ਬੇਅੰਤ ਪੁੱਲਾ ਹੋ ਜਾਂਦੀਆਂ ਹਨ ਸਤਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਚੰਗੀਆਂ ਗੱਲਾਂ ਗੁਰੂ ਦੀਆਂ ਸਮਝ ਕੇ ਆਪਣੀ ਝੋਲੀ ਵਿੱਚ ਪਾ ਲੈਣਾ ਤੇ ਮਾੜੀਆਂ ਗੱਲਾਂ ਨੂੰ ਛੱਡ ਕੇ ਸਤਗੁਰੂ ਦੇ ਚਰਣਾ ਤੇ ਅਰਦਾਸ ਕਰੀਏ ਵਾਹਿਗੁਰੂ ਸਾਨੂੰ ਵੀ ਆਪਣੀ ਚਰਨ ਛਣ ਵਿੱਚ ਰੱਖ ਕੇ ਇਹ ਨਾਮ ਅਮਰ ਦੇ ਦਾਤ ਸਾਡੀ ਝੋਲੀ ਵਿੱਚ ਪਾ ਦਿਓ ਉਹਿਆਂ ਭੋਲਾ ਦੀ ਖਿਮਾ ਜੀ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ